ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮੈਨੂੰ ਮੋੜ ਤੇ ਪੰਜਾਬ ਦੇ ਹਰ ਐਗਜ਼ਾਮ ਵਿੱਚ ਪੰਜਾਬੀ ਦਾ ਸਬਜੈਕਟ ਹੁੰਦਾ ਠੀਕ ਆ ਉਸ ਵਿੱਚੋਂ ਮੁਹਾਵਰੇ ਦੇ ਪੰਜ ਕੁਐਸਚਨ ਆਪਾਂ ਨੂੰ ਐਗਜ਼ਾਮ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਇਸ ਵੀਡੀਓ ਵਿੱਚ ਮੈਂ 100 ਇੰਪੋਰਟੈਂਟ ਐਂਡ ਐਕਸਪੈਕਟਿਡ ਜਿਹੜੇ ਮੁਹਾਵਰੇ ਨੇ ਉਹ ਕਵਰ ਕੀਤੇ ਹੋਏ ਨੇ ਜਸ ਤੁਸੀਂ ਇਹ ਵੀਡੀਓ ਦੇਖ ਲਓ ਐਂਡ ਇਹਨਾਂ ਮੁਹਾਵਰੇ ਨੂੰ ਰਾਈਟ ਡਾਊਨ ਕਰ ਲਓ ਤਾਂ ਤੁਹਾਡਾ ਇਹ ਪੰਜ ਨੰਬਰਾਂ ਦਾ ਪੇਪਰ ਹੈ ਇਸ ਵੀਡੀਓ ਵਿੱਚ ਹੀ ਕਲੀਅਰ ਹੋ ਜਾਵੇਗਾ ਤੋ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਫਟਾਫਟ ਵੀਡੀਓ ਨੂੰ ਲਾਇਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਐਂਡ ਇੱਕ ਪੈਰਾ ਦਾ ਕਮੈਂਟ ਜ਼ਰੂਰ ਕਰ ਦਿਓ ਤਾਂ ਕੁਐਸਚਨ ਨੰਬਰ 1 ਦੀ ਗੱਲ ਕਰੀਏ 16 ਦੀ ਸੇਜ 16 ਦੀ ਸੇਜ ਦਾ ਮੁਹਾਵਰਾ ਕੀ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੇ ਸਵਾਲ ਦਾ ਜਵਾਬ ਤੁਹਾਨੂੰ ਪਤਾ ਹੈ ਤਾਂ ਫਟਾਫਟ ਵੀਡੀਓ ਵਿੱਚ ਕਮੈਂਟ ਕਰਦੇ ਰਹੋ ਇਸ ਨਾਲ ਕੀ ਹੋਵੇਗਾ ਤੁਹਾਡੀ ਤਿਆਰੀ ਜਿਹੜੀ ਹੋ ਡਬਲ ਹੁੰਦੀ ਰਹੂਗੀ ਤੇ ਡਬਲ ਤੁਹਾਨੂੰ ਯਾਦ ਹੁੰਦਾ ਰਹੇਗਾ ਤਾਂ 16 ਦੀ ਸੇਜ ਦਾ ਮੁਹਾਵਰਾ ਕੀ ਹੋ ਸਕਦਾ ਹੈ ਆਪਸ਼ਨ ਨੰਬਰ ਉੜਾ ਉੱਕਾ-ਪੁੱਕਾ অপশন নাম্বার আڑا ਜਿਹੜਾ ਉਸ ਤਰ੍ਹਾਂ ਦੀ ਮਾਲਾ অপশন নাম্বার ਈ ਡੀਆ ਉਰਾਂ ਪਰਾਂ ਤੇ অপশন নাম্বার ਸਸਾ ਉੱਲੂ ਬਾਟਾ ਠੀਕ ਹੈ ਤਾਂ 16 ਦੀ ਸ਼ੇਜ ਦਾ ਯਾਦ ਰੱਖਿਓ অপশন নাম্বার আڑا ਇਸ ਦਾ রাইਟ ਆਨਸਰ ਹੈ ਉਸ ਤਰ੍ਹਾਂ ਦੀ ਮਾਲਾ ਜਿਹੜਾ ਕਿ ਮੁਹਾਵਰਾ ਬਣਦਾ ਹੈ ਇਹ 16 ਦੀ ਸ਼ੇਜ ਦਾ ਕੁਐਸਚਨ ਨੰਬਰ 2 ਦੀ ਗੱਲ ਕਰੀਏ ਘੜ ਦਾ ਦੁਆਦਾਰੂ ਇਸ ਦਾ ਮੁਹਾਵਰਾ ਕੀ ਬਣਦਾ ਹੈ অপশন ਨੰਬਰ ਊੜਾ ਬਾਕੀ ਤੁਸੀਂ অপশন ਦੇਖ ਲਓ ਯਾਰ ਹਨਾ ਮੈਂ ਬਾਰ-ਬਾਰ ਲਾ ਆਪਸ਼ਨ ਦੋਹਰਾਵਾਂਗਾ ਤਾਂ ਜ਼ਿਆਦਾ ਟਾਈਮ ਵੇਸਟ ਹੋਊਗਾ ਮੈਂ ਡਾਇਰੈਕਟਲੀ ਰਾਈਟ ਆਨਸਰ ਤੁਹਾਨੂੰ ਦੱਸ ਦਿਆਂਗਾ। ਤੱਕੜ ਦਾ ਦੁਆਦਾਰੂ ਦਾ ਜਿਹੜਾ ਮੁਹਾਵਰਾ ਬਣਦਾ ਹੈ ਆਪਸ਼ਨ ਨੰਬਰ ਅੜਾ ਪਹੜ-ਪਹੜ ਰਾਈਟ ਆਨਸਰ ਇਸ ਦਾ ਹੋਊਗਾ ਆਪਸ਼ਨ ਨੰਬਰ ਅੜਾ ਠੀਕ ਹੈ। ਕੁਐਸਚਨ ਨੰਬਰ 3 ਦੀ ਗੱਲ ਕਰੀਏ ਅਚੰਚੇਤ ਆਪ ਹੀ ਮੁਸੀਬਤ। ਅਚੰਚੇਤ ਆਪ ਹੀ ਮੁਸੀਬਤ ਦਾ ਕੀ ਬਣਦਾ ਹੈ ਇਹ ਮੁਹਾਵਰਾ? ਤਾਂ ਆਪਸ਼ਨ ਨੰਬਰ ਈ ਡੀ ਇਸ ਦਾ ਰਾਈਟ ਆਨਸਰ ਹੈ ਆਸਮਾਨੀ ਗੋਲਾ ਇਸ ਦਾ ਮੁਹਾਵਰਾ ਬਣਦਾ ਹੈ। ਇਸ ਵਦ ਕੁਐਸਚਨ ਨੰਬਰ 4 ਦੀ ਗੱਲ ਕਰੀਏ অতি ਪਿਆਰਾ ਤਾਂ ਕੀ ਬਣਦਾ ਹੈ ਮੁਹਾਵਰਾ ਠੀਕ ਹੈ অতি ਪਿਆਰਾ ਦਾ ਜਿਹੜਾ ਮੁਹਾਵਰਾ ਬਣਦਾ ਹੈ ਆਪਸ਼ਨ ਨੰਬਰ ਏਡੀ ਅੱਖਾਂ ਦਾ ਤਾਰਾ অতি ਪਿਆਰਾ ਦਾ ਜਿਹੜਾ ਮੁਹਾਵਰਾ ਆਪਾਂ ਮੁਹਾਵਰੇ ਦੀ ਤੌਰ ਤੇ ਇਸ ਵਰਡ ਯੂਜ਼ ਕਰ ਲੈਨੇ ਆ ਠੀਕ ਹੈ ਕੁਐਸਚਨ ਨੰਬਰ 5 ਦੀ ਗੱਲ ਕਰੀਏ ਬਹੁਤ ਮਹਿੰਗੀ ਬਹੁਤ ਮਹਿੰਗੀ ਸਿੰਪਲ ਜਿਹੀ ਕੋਈ ਚੀਜ਼ ਮਹਿੰਗੀ ਹੈ ਤਾਂ ਆਪਾਂ ਨੋਰਮਲ ਆਪਣੀ ਪੰਜਾਬੀ ਭਾਸ਼ਾ ਵਿੱਚ ਕੀ ਕਹਿੰਨੇ ਆ ਕਿ ਇਹ ਤਾਂ ਅੱਗ ਦੇ ਰੇਟ ਮਿਲ ਜਾਂਦੀ ਹੈ ਮਤਲਬ ਕਿ ਅਗਦੀਪਾ ਇਸ ਦਾ ਰਾਈਟ ਆਪਸ਼ਨ ਹੋ ਜਾਵੇਗਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਓਪਰਾ ਬੰਦਾ ਓਪਰਾ ਬੰਦੇ ਦਾ ਮੁਹਾਵਰਾ ਕੀ ਬਣਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਚਾਰ ਨੇ ਜੇ ਤੁਹਾਨੂੰ ਸਵਾਲ ਦਾ ਪਤਾ ਹੈ ਆਨਸਰ ਪਤਾ ਹੈ ਤਾਂ ਨਾਲ ਦੀ ਨਾਲ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਓਪਰਾ ਬੰਦਾ ਦਾ ਜਿਹੜਾ ਮੁਹਾਵਰਾ ਬਣੇਗਾ ਆਪਸ਼ਨ ਨੰਬਰ ਈਡੀ ਸੱਤ ਬੇਗਾਨਾ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਇਸ ਤੋਂ ਬਾਅਦ ਆਪਸ਼ਨ ਨੰਬਰ ਸੋਰੀ ਕੁਐਸਚਨ ਨੰਬਰ 7 ਦੀ ਗੱਲ ਕਰੀਏ ਫਸਾਦ ਦੀ ਜੜ ਕਵੈਸਚਨ ਨੰਬਰ 7 ਸੱਚ ਕੀ ਕਹਿੰਦਾ ਫਸਾਦ ਦੀ ਜੜ ਦਾ ਮੁਹਾਵਰਾ ਦੱਸੋ ਤਾਂ ਫਸਾਦ ਦੀ ਜੜ ਦਾ ਮੁਹਾਵਰਾ ਕੀ ਹੋਵੇਗਾ অপਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੋਵੇਗਾ ਸਿਆਪੇ ਦੀ ਨੈਣ ਠੀਕ ਹੈ ਤੇ ਦੋਸਤੋ ਇਹ ਪ੍ਰੀਵੀਅਸ ਇਗਜ਼ਾਮ ਵਿੱਚ ਪੁੱਛੇ ਗਏ ਨੇ ਕੁਐਸਚਨ ਪੰਜ ਨੰਬਰਾਂ ਦੇ ਕੁਐਸਚਨ ਆਉਣਗੇ ਤੁਹਾਨੂੰ ਮੁਹਾਵਰੇ ਰਿਗਾਰਡਿੰਗ ਟੋਟਲ 15 ਨੰਬਰਾਂ ਦੀ ਪੰਜਾਬੀ ਹੈ ਤੇ ਪੰਜ ਨੰਬਰ ਕੀ ਹੈ ਤੁਹਾਨੂੰ ਮੁਹਾਵਰੇ ਵਿੱਚੋਂ ਹੀ ਕਵਰ ਅਪ ਕਰਨੇ ਪੈਣਗੇ ਤਾਂ ਇਹ ਵੀਡੀਓ ਧਿਆਨ ਨਾਲ ਦੇਖ ਲਓ ਤੇ ਰਾਈਟ ਡਾਊਨ ਜ਼ਰੂਰ ਕਰ ਲਿਓ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 8 ਦੀ ਗੱਲ ਕਰੀਏ ਤੂੜ ਚਿਰਾ ਜੋਸ ਤੂੜ ਚਿਰਾ ਜੋਸ ਦਾ ਕੀ ਹੈ ਇਸ ਮੁਹਾਵਰਾ ਕੀ ਬਣੇਗਾ ਆਪਣਾ অপਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਆਵੇਗੀ ਕੜੀ ਦਾ ਉਬਾਲ ਠੀਕ ਹੈ ਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਜਾਣਾ ਕੁਐਸਚਨ ਨੰਬਰ 9 ਦੀ ਗੱਲ ਕਰੀਏ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਜਾਣਾ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਕੁਜੇ ਵਿੱਚ ਸਮੁੰਦਰ ਠੀਕ ਹੈ ਕੁਜੇ ਵਿੱਚ ਸਮੁੰਦਰ ਮਤਲਬ ਕੀ ਹੈ ਥੋੜੇ ਸ਼ਬਦ ਨੇ ਜਿੱਦੇ ਕੋਲ ਥੋੜੇ ਸ਼ਬਦ ਨੇ ਉਹ ਬਹੁਤ ਕੁਝ ਕਹਿ ਜਾਂਦਾ ਹੁਣ ਕੁਜਾ ਛੋਟਾ ਜਿਹਾ ਹੁੰਦਾ ਤੇ ਸਮੁੰਦਰ ਵੱਡਾ ਹੁੰਦਾ ਹੈ ਸਿੰਪਲ ਜੀ ਗੱਲ ਹੈ ਤੁੱਕ ਬਣਦੀ ਹੈ ਇਹ ਤਾਂ ਇਜ਼ ਦਾ ਰਾਈਟ ਆਨਸਰ ਹੋਵੇਗਾ ਕੁਜੇ ਵਿੱਚ ਸਮੁੰਦਰ ਆਪਸ਼ਨ ਨੰਬਰ ਅੜਾ ਠੀਕ ਹੈ ਕੁਐਸਚਨ ਨੰਬਰ 10 ਦੀ ਗੱਲ ਕਰੀਏ ਜੋ ਕਿਸੇ ਨਾਲ ਨਾ ਭਿੱਜੇ ਜੋ ਕਿਸੇ ਨਾਲ ਨਾ ਭਿੱਜੇ ਇਜ਼ਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਆਪਸ਼ਨ ਨੰਬਰ ਈੜੀ ਇਜ਼ ਦਾ ਰਾਈਟ ਆਨਸਰ ਹੈ ਕੋਕੜ ਮੋਟ ਕਹਾਇਆ ਜਾਂਦਾ ਹੈ ਜੋ ਭਿੱਜੇ ਨਾ ਠੀਕ ਹੈ ਕਵੈਸਚਨ ਨੰਬਰ 11 ਦੀ ਗੱਲ ਕਰੀਏ ਥੋੜੀ ਲਿਆਕਤ ਵਾਲਾ ਤਾਂ ਇਸ ਦਾ ਰਾਈਟ ਜਿਹੜਾ ਆਨਸਰ ਹੋਵੇਗਾ ਆਪਸ਼ਨ ਨੰਬਰ ਈਡੀ ਖੂਦ ਦਾ ਡੱਡੂ ਹੁੰਦਾ ਜਿਹੜਾ ਉਹ ਥੋੜੀ ਲਿਆਕਤ ਵਾਲਾ ਹੁੰਦਾ ਤਾਂ ਇਸ ਦਾ ਰਾਈਟ ਆਨਸਰ ਇਹ ਹੋਵੇਗਾ ਠੀਕ ਹੈ ਕਵੈਸਚਨ ਨੰਬਰ 12 ਦੀ ਗੱਲ ਕਰੀਏ ਚੰਗੇ ਮੰਦੇ ਵਿੱਚ ਫਰਕ ਨਾ ਸਮਝਣ ਵਾਲਾ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇ ਆਪਸ਼ਨ ਨੰਬਰ ਸ ਖੋਤਾ ਕੋੜਾ ਇੱਕ ਬਰਾਬਰ ਇਹ ਇਸ ਦੇ ਜਿਹੜਾ ਮੁਹਾਵਰੇ ਨਾਲ ਮੇਲ ਕਰਦਾ ਠੀਕ ਹੈ ਕਵੈਸਚਨ ਨੰਬਰ 13 ਦੀ ਗੱਲ ਕਰੀਏ ਉਹ ਕੰਮ ਜਿਹੜਾ ਮੁਕਣ ਵਿੱਚ ਨਾ ਆਵੇ ਉਹ ਕੰਮ ਜਿਹੜਾ ਮੁਕਣ ਵਿੱਚ ਨਾ ਆਵੇ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਗਿੱਲਾ ਪੀਣਾ ਠੀਕ ਹੈ ਗਿੱਲਾ ਪੀਣਾ ਮਤਲਬ ਜੋ ਆਪਾਂ ਆਟਾ ਨੂੰ ਪੀ ਲੈਨੇ ਹਨਾ ਉਹ ਗਿੱਲਾ ਹੋ ਜਾਂਦਾ ਤਾਂ ਉਹ ਗਿੱਲਾ ਹੋਇਆ ਜਿਹੜਾ ਆਟਾ ਉਹ ਮੁਕਣ ਚ ਹੀ ਨਹੀਂ ਆਉਂਦਾ ਮਤਲਬ ਕਿ ਉਹ ਸੰਭਰਣ ਚ ਹੀ ਨਹੀਂ ਆਉਂਦਾ ਠੀਕ ਹੈ ਤਾਂ ਇਸ ਦਾ ਜਿਹੜਾ ਮੁਹਾਵਰਾ ਬਣੇਗਾ ਉਹ ਕੰਮ ਜਿਹੜਾ ਮੁਕਣ ਵਿੱਚ ਨਾ ਆਵੇ ਤਾਂ ਗਿੱਲਾ ਪੀਣਾ ਇਸ ਦਾ ਮੁਹਾਵਰਾ ਪੰਜਾਬੀ ਵਿੱਚ ਬਣ ਜਾਂਦਾ ਹੈ ਕਵੈਸਚਨ ਨੰਬਰ 14 ਦੀ ਗੱਲ ਕਰੀਏ ਕਮ ਦਾ ਵੇਲਾ ਖੁੰਝਾ ਜਾਣ ਵਾਲਾ ਕਮ ਦਾ ਵੇਲਾ ਖੁੰਝਾ ਜਾਣ ਵਾਲਾ ਤੇ ਇੱذ ਜਿਹੜਾ ਰਾਈਟ ਆਨਸਰ ਹੋਵੇਗਾ ਘੜੀ ਦਾ ਗੁੱਥਾ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਇਸ ਤੋਂ ਬਾਅਦ ਕਵੈਸਚਨ ਨੰਬਰ 15 ਦੀ ਗੱਲ ਕਰੀਏ ਜੋ ਆਪਣੇ ਹੱਥਾਂ ਵਿੱਚ ਹੋਵੇ ਜੋ ਆਪਣੇ ਹੱਥਾਂ ਵਿੱਚ ਹੋਵੇ ਦਾ ਮੁਹਾਵਰਾ ਕੀ ਬਣੇਗਾ ਘੜੇ ਦੀ ਮੱਛੀ ਇਹ ਰਾਈਟ ਆਨਸਰ ਹੋਵੇਗਾ ਠੀਕ ਹੈ ਕਵੈਸਚਨ ਨੰਬਰ 16 ਦੀ ਗੱਲ ਕਰੀਏ ਕੋਈ ਫਰਕ ਨਾ ਪੈਣਾ ਕੋਈ ਫਰਕ ਨਾ ਪੈਣਾ ਤਾਂ ਇਹ ਆਪਸ਼ਨ ਤੁਹਾਡੇ ਸਾਹਮਣੇ ਨੇ ਈਜ਼ੀ ਕੁਐਸਚਨ ਹੈ ਤੇ ਜਰੂਰ ਵੀਡੀਓ ਵਿੱਚ ਕਮੈਂਟ ਕਰ ਦਿਓ ਮਤਲਬ ਕਿ ਜਿਹੜੇ ਪਰਸਨ ਨੂੰ ਕੋਈ ਫਰਕ ਨਹੀਂ ਪੈਂਦਾ ਉਸ ਨੂੰ ਆਪਾਂ ਕੀ ਕਹਿ ਦਿੰਨੇ ਆ ਕਿ ਉਹ ਖਿਚੜੀ ਕਹਿ ਦਿੰਨੇ ਆ ਠੀਕ ਹੈ ਕੁਐਸਚਨ ਨੰਬਰ 17 ਦੀ ਗੱਲ ਕਰੀਏ ਫੋਕੀ ਟਾਰਾ ਮਾਰਨੀ ਆ ਫੋਕੀ ਟਾਰਾ ਮਾਰਨੀ ਦਾ ਮਤਲਬ ਕੀ ਹੁੰਦਾ ਜਵਾਨੀ ਜਮਾ ਖਰਚ ਕਰਨਾ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਅੱਛਾ ਨੰਬਰ 18 ਦੀ ਗੱਲ ਕਰੀਏ ਮਿਹਨਤ ਦਾ ਫਲ ਮਿਹਨਤ ਦਾ ਫਲ ਦੇਖੋ ਤੁਸੀਂ ਕੀ ਇਸ ਦਾ ਰਾਈਟ ਆਨਸਰ ਹੋ ਸਕਦਾ ਇਹਨਾਂ ਵਿੱਚੋਂ ਹੈਲਥੀ ਮੰਨ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 19 ਦੀ ਗੱਲ ਕਰੀਏ ਮੂੰਹੋਂ ਮੂੰਹ ਪਰਿਆ ਹੋਇਆ ਮੂੰਹੋਂ ਮੂੰਹ ਪਰਿਆ ਹੋਇਆ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਆਪਸ਼ਨ ਨੰਬਰ ਏਡੀ ਡੱਕਾ ਡੱਕ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਇਸ ਤੋਂ ਬਾਅਦ ਕੁਐਸਚਨ ਨੰਬਰ 20 ਦੀ ਗੱਲ ਕਰੀਏ ਮਿਹਨਤ ਦੀ ਕਮਾਈ ਤਾਂ ਮਿਹਨਤ ਦੀ ਕਮਾਈ ਦਾ ਕੀ ਜਿਹੜਾ ਮੁਹਾਵਰਾ ਬਣੇਗਾ ਇਸ ਦਾ ਜਿਹੜਾ ਰਾਈਟ ਆਨਸਰ ਹੋਗਾ অপਸ਼ਨ ਨੰਬਰ 7 ਦਸਾਂ ਨੋਮਾ ਦੀ ਕਮਾਈ ਠੀਕ ਹੈ ਕੁਐਸਚਨ ਨੰਬਰ 21 ਦੀ ਗੱਲ ਕਰੀਏ ਇੱਜ਼ਤ ਵਾਲੇ ਦਾ ਕੀ ਮੁਹਾਵਰਾ ਬਣੇਗਾ ਤਾਂ ਇਹ ਸਭ ਤੋਂ ਈਜ਼ੀ ਹੈ ਇਸ ਦਾ ਮੈਂ ਤੁਹਾਨੂੰ ਵੀਡੀਓ ਵਿੱਚ ਕਮੈਂਟ ਸੋਰੀ ਵੀਡੀਓ ਵਿੱਚ ਆਨਸਰ ਨਹੀਂ ਦੱਸਾਂਗਾ ਤੁਸੀਂ ਕਮੈਂਟ ਕਰਕੇ ਮੈਨੂੰ ਇਸ ਸਵਾਲ ਦਾ ਆਨਸਰ ਦੱਸ ਦੇਣਾ ਦੱਸਣਾ ਕਿਵੇਂ ਹੈ ਕੁਐਸਚਨ ਨੰਬਰ 21 ਪਾ ਕੇ ਇਸ ਦਾ ਕੁਐਸਚਨ ਨੰਬਰ 21 ਪਾ ਕੇ A B C D ਜਿਹੜਾ ਵੀ ਇਹਨਾਂ ਵਿੱਚੋਂ ਚਾਰਾਂ অপਸ਼ਨਾਂ ਵਿੱਚੋਂ ਤੁਹਾਨੂੰ ਲੱਗਦਾ ਹੈ ਜਾਂ आप जिमें इसका एग्जैंपल इसका राइट आंसर है एगजैम्पल कहना मैं बाकी राइटली नहीं कहता इसका राइट आंसर है जिम्मे डी यूज कर लेंगे ठीक है डी के इस तरह आप कमेंट कर देंगे क्वेश्चन नंबर बी की गल करिए फरेबन फरेबन का जो राइट आंसर होगा वह क्या होगा ऑप्शन नंबर सस्ा फफे कुटने ਡੱਬਣਾ ਦਾ ਮਤਲਬ ਇੱਕ ਹੁੰਦਾ ਧੋਖੇ ਤੜੀ ਕਰਨ ਵਾਲੀ ਹੈ ਨਾ ਇਸ ਤਰ੍ਹਾਂ ਦਾ ਕੋਈ ਫੀਮੇਲ ਲਈ ਇਹ ਯੂਜ਼ ਹੁੰਦਾ ਹੈ ਇਹ ਵਰਡ ਪੰਜਾਬੀ ਵਿੱਚ ਤਾਂ ਫਫੇ ਗੁੱਟਣੀ ਇਜ਼ ਅ ਸਿਮਿਲਰ ਯਾਨੀ ਜੋ ਮੁਹਾਵਰਾ ਬਣੇਗਾ ਠੀਕ ਹੈ ਕੁਐਸਚਨ ਨੰਬਰ 37 ਦੀ ਗੱਲ ਕਰੀਏ ਪਖੰਡ ਸੋਰੀ ਕੁਐਸਚਨ ਨੰਬਰ 32 ਦੀ ਗੱਲ ਕਰੀਏ ਪਖੰਡੀ ਪਖੰਡੀ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ 7 ਬਗਲਾ ਭਗਤ ਕੁਐਸਚਨ ਨੰਬਰ 24 ਦੀ ਗੱਲ ਕਰੀਏ ਗੁੱਸੇ ਨਾਲ ਭਰਿਆ ਗੁੱਸੇ ਨਾਲ ਭਰਿਆ ਦੇਖੋ ਜਮਾ ਈਜ਼ੀ ਹੈ ਗੁੱਸੇ ਨਾਲ ਭਰਿਆ ਕੀ ਹੁੰਦਾ ਭਰਿਆ ਪਿੱਤਾ ਰਹਿੰਦਾ ਠੀਕ ਹੈ ਭਰਿਆ ਪਿੱਤਾ ਮਤਲਬ ਆਪਸ਼ਨ ਨੰਬਰ ਪੀੜੀ ਇਜ਼ ਦਾ ਰਾਈਟ ਆਨਸਰ ਹੋ ਜਾਏਗਾ ਕੁਐਸਚਨ ਨੰਬਰ 25 ਦੀ ਗੱਲ ਕਰੀਏ ਭਾਈਚਾਰਾ ਭਾਈਚਾਰੇ ਦਾ ਵੀ ਈਜ਼ੀ ਮੁਹਾਵਰਾ ਬਣਦਾ ਭਾਈ ਬੰਦੇ ਤਾਂ ਇਸ ਦਾ ਵੀ ਆਨਸਰ ਜਿਹੜਾ ਈਡੀ ਹੋ ਜਾਏਗਾ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 26 ਦੀ ਗੱਲ ਕਰੀਏ ਮਜ਼ਦੂਰੀ ਲੈ ਕੇ ਕੰਮ ਕਰਨ ਵਾਲਾ ਤਾਂ ਮਜ਼ਦੂਰੀ ਲੈ ਕੇ ਕੰਮ ਕੌਣ ਕਰਦਾ ਹੈ ਪਹਾੜੇ ਦਾ ਟੱਟੂ ਠੀਕ ਹੈ ਇਸ ਦਾ ਰਾਈਟ ਆਨਸਰ ਆੜਾ ਹੋ ਜਾਵੇਗਾ ਕੁਐਸਚਨ ਨੰਬਰ 27 ਦੀ ਗੱਲ ਕਰੀਏ ਨਿਕੰਮਾ ਨਿਕੰਮਾ ਕੀ ਹੁੰਦਾ ਦੋਸਤੋ ਮਾਤਾ ਦਾ ਮਾਲ ਹੁੰਦਾ ਨਾ इजीली ਆਪਾਂ অপਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਕੁਐਸਚਨ ਨੰਬਰ 28 ਦੀ ਗੱਲ ਕਰੀਏ ਬੱਚਾ ਮਾਲ ਬੱਚਾ ਮਾਲ ਕੀ ਹੁੰਦਾ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਜਿਹੜਾ ਹੋਵੇਗਾ ਸ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਰਹਿਨ ਖੂਦ ਐਂਡ ਕੁਐਸਚਨ ਨੰਬਰ 29 ਦੀ ਗੱਲ ਕਰੀਏ ਪੁਰਾਣੇ ਵਿਚਾਰਾਂ ਦੇ ਚੱਲਣ ਵਾਲਾ ਤਾਂ ਪੁਰਾਣੇ ਵਿਚਾਰਾਂ ਦੇ ਚੱਲਣ ਵਾਲੇ ਦਾ ਮੁਹਾਵਰਾ ਕੀ ਬਣੇਗਾ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਹੈ ਲਕੀਰ ਦਾ ਫਕੀਰ ਪੁਰਾਣੇ ਵਿਚਾਰਾਂ ਦੇ ਚੱਲਣ ਵਾਲੇ ਨੂੰ ਕਿਹਾ ਜਾਂਦਾ ਆਪਸ਼ਨ ਨੰਬਰ 3 ਦੀ ਗੱਲ ਕਰੀਏ ਭਾਂਤ ਭਾਂਤ ਦੇ ਭਾਂਤ ਭਾਂਤ ਦੇ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਊੜਾ ਵਲ ਵਿੰਗ ਇਸ ਦਾ ਰਾਈਟ ਆਨਸਰ ਹੋਵੇਗਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 31 ਦੀ ਗੱਲ ਕਰੀਏ ਚਲਾਕੀ ਕਰਨਾ ਚਲਾਕੀ ਕਰਨ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਈ ਡੀ ਇਸ ਦਾ ਰਾਈਟ ਆਨਸਰ ਹੈ ਉਸਤਤੀ ਕਰਨੀ ਤੇ ਇਸ ਤੋਂ ਬਾਅਦ ਕੁਐਸਚਨ ਨੰਬਰ 32 ਦੀ ਗੱਲ ਕਰੀਏ ਪੱਸੀ ਮਾਰਨਾ ਪੱਸੀ ਮਾਰਨੇ ਦਾ ਮੁਹਾਵਰਾ ਦੋਸਤੋ ਕੀ ਬਣੇਗਾ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੋਊਗਾ ਉਸਲ ਬੱਟੇ ਲੈਣਾ ਠੀਕ ਹੈ ਇਹ ਮੁਹਾਵਰੇ ਨੇ ਕਾਫੀ ਇੰਪੋਰਟੈਂਟ ਨੇ ਦੋਸਤੋ ਪੰਜ ਨੰਬਰ ਤੁਹਾਡੇ ਪੱਕੇ ਕਰਵਾ ਸਕਦੇ ਨੇ ਤਾਂ ਕਰਕੇ ਲਾਈਟਲੀ ਨਾ ਲਿਓ ਇਹਨਾਂ ਨੂੰ ਜ਼ਰੂਰ ਰਿਕਵਰੀ ਰਟਰ ਲਿਓ ਜਾਂ ਯਾਦ ਕਰ ਲਿਓ ਜਿਵੇਂ ਮਰਜ਼ੀ ਰਿਲੇਟ ਕਰਕੇ ਤੁਸੀਂ ਯਾਦ ਕਰ ਲਿਓ ਤੇ ਰਾਈਟ ਆਨ ਵੀ ਜ਼ਰੂਰ ਕਰੋ ਓਕੇ ਕੁਐਸਚਨ ਨੰਬਰ 33 ਦੀ ਗੱਲ ਕਰੀਏ ਅਹਿਮਤ ਲਗਾਣਾ ਤੇ ਤਹਿਮਤ ਲਾਉਣੀ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਊੜਾ ਉਂਗਲ ਕਰਨੀ ਇਸ ਦਾ ਜਿਹੜਾ ਰਾਈਟ ਮੁਹਾਵਰਾ ਬਣੇਗਾ ਕੁਐਸਚਨ ਨੰਬਰ 34 ਦੀ ਗੱਲ ਕਰੀਏ ਜਾਣ ਬੁੱਝ ਕੇ ਮੁਸੀਬਤ ਸੇੜਨੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਔਖਲੀ ਵਿੱਚ ਸੇੜ ਦੇਣਾ ਕੁਐਸਚਨ ਨੰਬਰ 35 ਦੀ ਗੱਲ ਕਰੀਏ ਬਹੁਤ ਸ਼ੋਰ ਸ਼ਰਾਬਾ ਪਾਉਣਾ ਬਹੁਤ ਸ਼ੋਰ ਸ਼ਰਾਬਾ ਪਾਉਣ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਈਡੀ ਉਖੜ ਧੂਮੀ ਮਚਾਉਣਾ ਠੀਕ ਹੈ ਕੁਐਸਚਨ ਨੰਬਰ 36 ਦੀ ਗੱਲ ਕਰੀਏ ਕਿਸੇ ਨੂੰ ਬਸ ਵਿੱਚ ਕਰਕੇ ਉਸ ਕੋਲੋਂ ਆਪਣੀ ਮਰਜ਼ੀ ਦੇ ਅਨੁਸਾਰ ਕੰਮ ਕਰਵਾਉਣਾ ਇਸ ਦਾ ਜਿਹੜਾ ਮੁਹਾਵਰਾ ਕੀ ਬਣਦਾ ਹੈ ਦੋਸਤੋ ਕਿਸੇ ਨੂੰ ਬਸ ਵਿੱਚ ਕਰਕੇ ਆਪਣੀ ਮਰਜ਼ੀ ਦੇ ਮੁਤਾਬਿਕ ਕੰਮ ਕਰਵਾਉਣਾ ਇਸ ਦਾ ਰਾਈਟ ਆਨਸਰ ਹੁੰਦਾ ਉਂਗਲਾ ਤੇ ਨਚਾਉਣਾ ਇਸ ਨੂੰ ਕਿਹਾ ਜਾਂਦਾ ਠੀਕ ਹੈ ਕੁਐਸਚਨ ਨੰਬਰ 37 ਦੀ ਗੱਲ ਕਰੀਏ ਜਿੰਨੀ ਕਮਾਈ ਉਨਾ ਹੀ ਖਰਚ ਕਰਨਾ ਜਿੰਨੀ ਕਮਾਈ ਉਨਾ ਹੀ ਖਰਚ ਕਰਨ ਦਾ ਜਿਹੜਾ ਰਾਈਟ ਆਨਸਰ ਬਣੇਗਾ ਆਈ ਚਲਾਈ ਕਰਨਾ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ 8 ਆ ਇਸ ਦਾ ਰਾਈਟ ਹੈ ਠੀਕ ਹੈ ਕੁਐਸਚਨ ਨੰਬਰ 38 ਦੀ ਗੱਲ ਕਰੀਏ ਆਦਰ ਕਰਨਾ ਆਦਰ ਕਰਨ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਅੱਖਾਂ ਉੱਤੇ ਬਿਠਾਉਣਾ ਆਪਸ਼ਨ ਨੰਬਰ ਈ ਡੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਕੁਐਸਚਨ ਨੰਬਰ 39 ਦੀ ਗੱਲ ਕਰੀਏ ਝਗੜਾ ਕਰਨਾ ਝਗੜਾ ਕਰਨ ਦਾ ਰਾਈਟ ਆਨਸਰ ਕਿਹੜਾ ਹੈ ਤਾਂ ਅੱਡਾ ਲਗਾਉਣਾ ਆਪਾਂ ਕਹਿ ਦਿੰਨੇ ਆ ਆਪਣੇ ਬੁੜੀਆਂ ਕਹਿੰਦੀਆਂ ਬੇਲਾ ਬੈਠਾ ਅੱਡੇ ਲਗਾਈ ਜੰਨਾ ਮਤਲਬ ਕਿ ਝਗੜੇ ਕਰੀ ਜੰਨਾ ਠੀਕ ਹੈ ਕੁਐਸਚਨ ਨੰਬਰ 40 ਦੀ ਗੱਲ ਕਰੀਏ ਟਾਲ ਮਟੋਲ ਕਰਨਾ ਤਾਂ ਟਾਲ ਮਟੋਲ ਕਰਨ ਦਾ ਕੀ ਹੁੰਦਾ ਟਾਲ ਮਟੋਲ ਆਪਾਂ ਕਾਦੂ ਕਰਦੇ ਜਿਵੇਂ ਕਿ ਕਈ ਬੱਚੇ ਹੁੰਦੇ ਨੇ ਅੱਜ ਨਹੀਂ ਮੈਂ ਕੱਲ ਤੋਂ ਜਿਹੜੀ ਸਟੱਡੀ ਸਟਾਰਟ ਕਰਾਂਗਾ ਠੀਕ ਹੈ ਤਾਂ ਉਸ ਨੂੰ ਟਾਲ ਮਟੋਲ ਕਹਿੰਦੇ ਨੇ ਅੱਜ ਕੱਲ ਕਰਨਾ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਕੁਐਸਚਨ ਨੰਬਰ 41 ਦੀ ਗੱਲ ਕਰੀਏ ਸਹੀ ਹੋਣਾ ਸਹੀ ਹੋਣਾ ਦਾ ਕੀ ਜ਼ਮਾਉ ਬਰਾ ਬਣਦਾ ਅੱਖ ਲੜਨੀ ਇਸ ਦਾ ਰਾਈਟ ਆਨਸਰ ਹੈ ਓਕੇ ਕੁਐਸਚਨ ਨੰਬਰ 42 ਦੀ ਗੱਲ ਕਰੀਏ ਉੱਚੀ ਪਦਵੀ ਦੇਣਾ ਉੱਚੀ ਪਦਵੀ ਦੇਣ ਦਾ ਕੀ ਰਾਈਟ ਆਨਸਰ ਬਣਦਾ ਰਾਈਟ ਆਨਸਰ ਜਿਹੜਾ ਹੋਵੇਗਾ ਉੜਾ ਅਸਮਾਨ ਤੇ ਚੜਾਉਣਾ ਓਕੇ ਕੁਐਸਚਨ ਨੰਬਰ 43 ਦੀ ਗੱਲ ਕਰੀ ਹੰਕਾਰੀ ਹੋ ਜਾਣਾ ਤਾਂ ਹੰਕਾਰੀ ਹੋ ਜਾਂਦਾ ਕੀ ਹੈ ਅਸਮਾਨ ਨਾਲ ਗੱਲਾਂ ਕਰਨੀਆਂ ਜਿਹੜਾ ਵੀ ਹੰਕਾਰ ਆ ਜਾਂਦਾ ਨਾ ਤੇ ਉਹ ਵੈਗਨ ਮੈਂ ਹੀ ਵੱਡਾ ਮੈਂ ਹੀ ਸਭ ਤੋਂ ਮਹਾਨ ਅਸਮਾਨ ਜਿਨੀ ਵੱਡੀ ਵੱਡੀ ਗੱਲਾਂ ਕਰਦਾ ਤਾਂ ਕਰ ਕਿਸ ਦਾ ਜਿਹੜਾ ਸਾਈਟ ਮੁਹਾਵਰਾ ਹੋਵੇਗਾ ਅਸਮਾਨ ਨਾਲ ਗੱਲਾਂ ਕਰਨਾ ਇਸ ਦਾ ਰਾਈਟ ਮੁਹਾਵਰਾ ਹੋ ਜਾਵੇਗਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 41 ਦੀ ਗੱਲ ਕਰੀਏ ਇੱਕੋ ਜਿਹਾ ਸਮਝਣਾ ਇੱਕੋ ਜਿਹਾ ਸਮਝਣਾ ਦਾ ਰਾਈਟ ਮੁਹਾਵਰਾ ਕੀ ਹੋਵੇਗਾ ਇੱਕ ਅੱਖ ਨਾਲ ਵੇਖਣਾ ਇਹ ਰਾਈਟ ਇਸ ਦਾ ਰਾਈਟ ਮੁਹਾਵਰਾ ਹੋ ਜਾਵੇਗਾ ਆਪਸ਼ਨ ਨੰਬਰ ਏਡੀ ਠੀਕ ਹੈ ਇਕਤਾ ਦਾ ਹੋਣਾ ਇਕਤਾ ਦਾ ਹੋਣਾ ਦਾ ਰਾਈਟ ਆਨਸਰ ਕੀ ਹੈ ਇੱਕ ਜਾਨ ਹੋਣਾ ਆਪਸ਼ਨ ਨੰਬਰ ਸਸਾ ਇਸ ਦਾ ਰਾਈਟ ਆਨਸਰ ਹੈ ਯਾਦ ਰੱਖੋ ਆਪਸ਼ਨ ਨੰਬਰ ਸਸਾ ਰਾਈਟ ਹੈ ਕੁਐਸਚਨ ਨੰਬਰ 46 ਦੀ ਗੱਲ ਕਰੀਏ ਸਭਨਾਂ ਦਾ ਇੱਕੋ ਜਿਹਾ ਨਿਕੰਮਾ ਹੋਣਾ ਮਤਲਬ ਕਿ ਜਿੰਨੇ ਵੀ ਜਣੇ ਜਿੰਨੇ ਵੀ ਸਟੂਡੈਂਟ ਹੈ ਸਾਰੇ ਹੀ ਨਿਕੰਮੇ ਆ ਹਨਾ ਮੇਰੇ ਚੈਨਲ ਦੇ ਜਿੰਨੇ ਵੀ ਜੁੜੇ ਨੇ ਠੀਕ ਹੈ ਉਸ ਦਾ ਮੁਹਾਵਰਾ ਕੀ ਹੋਣਗਾ ਸਵਨਾ ਦਾ ਨਿਕੰਮਾ ਹੋਣਾ অপਸ਼ਨ ਨੰਬਰ ਈਡੀ ਇਕੋ ਥੈਲੀ ਦੇ ਚਿੱਟੇ-ਵੱਟੇ ਹੈਨਾ ਆਪਾਂ ਕਹਿ ਦਿੰਨੇ ਆ ਇਹਦਾ ਸਾਰਾ ਹੀ ਇਕੋ ਥੈਲੀ ਦੇ ਚਿੱਟੇ-ਵੱਟੇ ਨੇ ਪ੍ਰਸ਼ਨ ਨੰਬਰ 47 ਦੀ ਗੱਲ ਕਰੀਏ ਸਾਰਿਆਂ ਨਾਲ ਇਕੋ ਜਿਹਾ ਵਰਤਾਓ ਕਰਨਾ ਸਾਰਿਆਂ ਨਾਲ ਇਕੋ ਜਿਹਾ ਵਰਤਾਓ ਕਰਨ ਦਾ ਜਿਹੜਾ ਰਾਈਟ ਮੁਹਾਵਰਾ ਹੋਵੇਗਾ ਉਹ ਆਫਸ ਸ ਇਕੋ ਰਸੇ ਫਾਹੇ ਦੇਣਾ ਠੀਕ ਹੈ ਕੁਐਸਚਨ ਨੰਬਰ 48 ਦੀ ਗੱਲ ਕਰੀਏ ਬਰਬਾਦ ਕਰ ਦੇਣਾ ਬਰਬਾਦ ਕਰਨ ਦਾ ਰਾਈਟ ਮੁਹਾਵਰਾ ਹੋਵੇਗਾ ਇੱਟ ਨਾਲ ਇੱਟ ਖੜਕਾ ਲੈਣੀ ਦੋਸਤੋ ਇਗਜ਼ਾਮ ਵਿੱਚ ਕੀ ਹੁੰਦਾ ਮੁਹਾਵਰੇ ਦੀ ਥਾਂ ਤੇ ਤੁਹਾਨੂੰ ਇਹ ਆਪਸ਼ਨ ਦਿੱਤਾ ਹੋਵੇਗਾ ਤੇ ਇਸ ਦਾ ਮੁਹਾਵਰਾ ਦੱਸਣਾ ਹੋਵੇਗਾ ਤੁਹਾਨੂੰ ਇਸ ਤਰ੍ਹਾਂ ਕੁਮਾਫਿਰ ਆ ਕੇ ਵੀ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਹੈ ਕਈ ਇਗਜ਼ਾਮ ਵਿੱਚ ਦੇਖਿਆ ਮੈਂ ਉੱਥੇ ਮੁਹਾਵਰਾ ਇਸ ਦਾ ਮੁਹਾਵਰਾ ਦੱਸੋ ਲਿਖਿਆ ਹੁੰਦਾ ਕਿ ਇੱਟ ਨਾਲ ਇੱਟ ਖੜਕਾਉਣ ਦਾ ਕੀ ਮੁਹਾਵਰਾ ਮੰਨਦਾ ਤਾਂ ਉਸ ਦਾ ਰਾਈਟ ਆਨਸਰ ਹੋਵੇਗਾ ਬਰਬਾਦ ਕਰ ਦੇਣਾ ਆਪਾਂ ਸਿਲੈਕਟ ਕਰਨਾ ਹੋਵੇਗਾ ਤਾਂ ਵਰਗੇ ਇਹ ਵੀ ਯਾਦ ਰੱਖਿਓ ਕਈ ਵਾਰ ਉਲਟ ਕੁਮਾ ਕੇ ਕੁਐਸਚਨ ਪੁੱਛ ਲੈਂਦੇ ਨੇ ਇਹ ਕਵੈਸਚਨ ਨੰਬਰ 49 ਦੀ ਗੱਲ ਕਰੀਏ ਲੜਾਈ ਝਗੜਾ ਸ਼ੁਰੂ ਕਰ ਦੇਣਾ ਤਾਂ ਲੜਾਈ ਝਗੜਾ ਸ਼ੁਰੂ ਕਰ ਦੇਣ ਦਾ ਕੀ ਹੈ ਇਟ ਖੜਕਾ ਕਰਨਾ ਠੀਕ ਹੈ ਕਵੈਸਚਨ ਨੰਬਰ 50 ਦੀ ਗੱਲ ਕਰੀਏ ਵੱਧ ਛੜ ਕੇ ਬਦਲਾ ਲੈਣਾ ਵੱਧ ਛੜ ਕੇ ਬਦਲਾ ਲੈਣ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਇਟ ਚੁੱਕਦੇ ਨੂੰ ਪੱਥਰ ਚੁਕਨੇ ਓਕੇ ਕਵੈਸਚਨ ਨੰਬਰ ਈ ਇਜ਼ ਦਾ ਰਾਈਟ ਆਨਸਰ ਹੋਵੇਗਾ ਕਵੈਸਚਨ ਨੰਬਰ 51 ਦੀ ਗੱਲ ਕਰੀਏ ਜਾਨੀ ਵੈਰੀ ਹੋਣਾ ਜਾਨੀ ਵੈਰੀ ਹੋਣ ਦਾ ਕੀ ਹੈ ਰਾਈਟ ਆਨਸਰ ਹੈ ਟਿੱਕੜੇ ਦਾ ਬੈਰ ਹੋਣਾ ਠੀਕ ਹੈ ਕੁਐਸਚਨ ਨੰਬਰ 40 ਸੋਰੀ uh, 52 ਦੀ ਗੱਲ ਕਰੀਏ ਢੇਰ ਚਿਰ ਪਿੱਛੋਂ ਮਿਲਣਾ ਢੇਰ ਚਿਰ ਪਿੱਛੋਂ ਮਿਲਣ ਦਾ ਜਿਹੜਾ ਰਾਈਟ ਮੁਹਾਵਰਾ ਜਿਹਦਾ ਹੋਵੇਗਾ ਆਪਸ਼ਨ ਨੰਬਰ ਸਸਾ ਈਦ ਦਾ ਚੰਨ ਹੋਣਾ ਢੇਰ ਚਿਰ ਮਿਲਣ ਪਿੱਛੋਂ ਮਿਲਣਾ ਮਤਲਬ ਕਾਫੀ ਟਾਈਮ ਬਾਅਦ ਮਿਲਣਾ ਆਪਾਂ ਕਹਿ ਦਿੰਨੇ ਬਈ ਕਿੱਥੇ ਸੀ ਤੂੰ ਹੈ ਈਦ ਦਾ ਚੰਨ ਹੀ ਹੋ ਗਿਆ ਸੀ ਮਤਲਬ ਢੇਰ ਚਿਰ ਪਿੱਛੋਂ ਮਿਲਿਆ ਤੂੰ ਇੰਨੇ ਟਾਈਮ ਬਾਅਦ ਮਿਲਿਆ ਕੁਐਸਚਨ ਨੰਬਰ 40 uh, 53 ਦੀ ਗੱਲ ਕਰੀਏ ਹਾਰ ਮੰਨਣੀ ਹਾਰਮਨੀ ਦਾ ਕਿਹਸਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ ਆ ਡਾ ਇਨਵਨਣੀ ਠੀਕ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਨੰਬਰ 54 ਦੀ ਗੱਲ ਕਰੀਏ ਕੁਝ ਵੀ ਨਾ ਆਉਣਾ ਕੁਝ ਵੀ ਨਾ ਆਉਣਾ ਦਾ ਰਾਈਟ ਆਨਸਰ ਜਿਹੜਾ ਹੋ ਜਾਏਗਾ অপਸ਼ਨ ਨੰਬਰ ਈਡੀ ਇਸ ਦਾ ਰਾਈਟ ਆਨਸਰ ਹੈ ਇਲ ਦਾ ਕੁੱਕੜ ਨਾ ਆਉਣਾ ਕੁਐਸਚਨ ਨੰਬਰ 55 ਦੀ ਗੱਲ ਕਰੀਏ ਜਿੱਤ ਲੈਣਾ ਜਿੱਤ ਲੈਣਾ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਸਰ ਕਰਨਾ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਕਵੈਸਚਨ ਨੰਬਰ 56 ਦੀ ਗੱਲ ਕਰੀਏ ਬਹੁਤ ਗੁੱਸੇ ਚੜਨਾ ਬਹੁਤ ਗੁੱਸੇ ਚੜਨੇ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਈ ਡੀ ਰਾਈਟ ਆਨਸਰ ਹੈ ਸੱਤੀ ਕੱਪੜੀ ਅੱਗ ਲਗਾਉਣਾ ਸੱਤੀ ਕੱਪੜੀ ਅੱਗ ਲਗਾਉਣਾ ਠੀਕ ਹੈ ਕਵੈਸਚਨ ਨੰਬਰ 57 ਦੀ ਗੱਲ ਕਰੀਏ ਉਗਾਹੀ ਦੇਣਾ ਉਗਾਹੀ ਦੇਣਾਂ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਸਾਖੀ ਭਰਨੀ ਕਵੈਸਚਨ ਨੰਬਰ 58 ਦੀ ਗੱਲ ਕਰੀਏ ਵਿਧਵਾ ਹੋਣਾ ਵਿਧਵਾ ਹੋਣ ਦਾ ਜਿਹੜਾ ਮੁਹਾਵਰਾ ਹੁੰਦਾ ਕੀ ਹੁੰਦਾ ਦੋਸਤੋ ਇਹ ਸਭ ਨੂੰ ਪਤਾ ਹੈ ਕੀ ਹੁੰਦਾ ਜਦੋਂ ਕੋਈ ਫੀਮੇਲ ਲੜਕੀ ਜਾਂ ਹਨਾ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਉਹ ਸਿਰੋਂ ਨੰਗੀ ਹੋ ਜਾਂਦੀ ਹੈ ਮਤਲਬ ਕਿ ਨੋਰਮਲ ਜੀ ਗੱਲ ਹੈ ਹੁਣ ਇਗਜ਼ਾਮ ਵਿੱਚ ਅਗੇਨ ਇਹ ਤੁਹਾਡੇ ਤੋਂ ਕੀ ਹੈ ਘੁਮਾ ਫਿਰਾ ਕੇ ਪੁੱਛਿਆ ਜਾ ਸਕਦਾ ਹੈ ਮੁਹਾਵਰੇ ਵਿੱਚ ਕੁਐਸਚਨ ਵਿੱਚ ਇਹ ਲਿਖਿਆ ਹੋਵੇਗਾ ਸਿਰੋਂ ਨੰਗੀ ਹੋਣ ਦੇ ਮੁਹਾਵਰਾ ਕੀ ਹੁੰਦਾ ਹੈ ਤਾਂ ਯਾਦ ਰੱਖਿਓ ਵਿਧਵਾ ਹੋਣਾ ਕੁਐਸਚਨ ਨੰਬਰ 59 ਦੀ ਗੱਲ ਕਰੀਏ ਮਰ ਜਾਣਾ ਮਰ ਜਾਣਾ ਦਾ ਜਿਹੜਾ ਰਾਈਟ ਮੁਹਾਵਰਾ ਹੋਵੇਗਾ ਸਦਾ ਦੀ ਨੀਂਦ ਸੋ ਜਾਣਾ ਓਕੇ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਹੈ ਕੁਐਸਚਨ ਨੰਬਰ 60 ਦੀ ਗੱਲ ਕਰੀਏ ਗਰੀਬੀ ਆਉਣਾ ਗ੍ਰਿਭਯਾਉਣ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਹੱਥ ਤੰਗ ਹੋ ਜਾਣਾ ਓਕੇ ਕੁਐਸਚਨ ਨੰਬਰ 51 ਦੀ ਗੱਲ ਕਰੀਏ ਮੰਗਣਾ ਮੰਗਣਾ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਤਾਂ ਹੱਥ ਅੱਡਣਾ ਈਡੀ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਕੁਐਸਚਨ ਨੰਬਰ 62 ਦੀ ਗੱਲ ਕਰੀਏ ਕੋਸ਼ਿਸ਼ ਕਰਨੀ ਕੋਸ਼ਿਸ਼ ਕਰਨੀ ਈਜ਼ੀ ਹੈ ਇਹ ਦੇਖ ਲਓ ਤੁਸੀਂ ਇਸ ਦਾ ਕਮੈਂਟ ਕਰ ਸਕਦੇ ਹੋ ਵੀਡੀਓ ਵਿੱਚ ਹਾਂ ਯੈਸ ਲਿਖ ਦਿਓ ਠੀਕ ਹੈ ਤਾਂ ਬੱਸ ਫਿਰ ਵੀ ਮੈਂ ਤੁਹਾਨੂੰ ਦੱਸ ਦੇਣਾ ਕੋਸ਼ਿਸ਼ ਕਰਨ ਦਾ ਜਿਹੜਾ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਆੜਾ ਹੱਥ ਪੈਰ ਮਾਰਨਾ ਇਸ ਦਾ ਰਾਈਟ ਆਨਸਰ ਹੈ ਕੋਸ਼ਿਸ਼ ਕਰ ਰਾਂ। ਕੁਐਸਚਨ ਨੰਬਰ 63 ਦੀ ਗੱਲ ਕਰੀਏ 63 ਨੰਬਰ ਕੁਐਸਚਨ ਦੀ ਗੱਲ ਕਰੀਏ ਦੌੜ ਜਾਣਾ ਤਾਂ ਦੌੜ ਜਾਣਾ ਦਾ ਰਾਈਟ ਆਨਸਰ ਕਿਹੜਾ ਹੋਵੇਗਾ 9 2 11 ਹੋ ਜਾਣਾ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ। ਓਕੇ ਕੁਐਸਚਨ ਨੰਬਰ 64 ਦੀ ਗੱਲ ਕਰੀਏ ਇਰਾਕ ਨਾਲ ਸੜਨਾ ਇਰਾਕ ਨਾਲ ਸੜਨ ਦਾ ਕੀ ਮੁਹਾਵਰਾ ਬਣਦਾ ਦੋਸਤੋ ਇਰਾਕ ਮੈਨ ਕੀ ਹੁੰਦਾ ਅ ਜੈਲਸੀ ਜੈਲਸੀ ਆਪਾਂ ਫੀਲ ਕਰਦੇ ਆ ਉਸ ਨੂੰ ਇਰਾਕ ਕਿਹਾ ਜਾਂਦਾ ਹੈ। ਇਹ ਇਜ਼ ਦਾ ਕੀ ਹੈ ਹਿੱਕ ਤੇ ਸਬਪਲੇਟਡ क्वेश्चन नंबर 65 ਦੀ ਗੱਲ ਕਰੀਏ ਕੁਸੀ ਵਿੱਚ ਨੱਥਣਾ ਟੱਪਣਾ ਤਾਂ ਇਜ਼ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਕੱਚਾ ਮਝਾਉਣੀ ਆ ਓਕੇ ਕੁਐਸਚਨ ਨੰਬਰ ਇਸ ਤੋਂ ਬਾਅਦ 66 ਦੀ ਗੱਲ ਕਰੀਏ ਤਿਆਰੀ ਕਰਨਾ ਤਿਆਰੀ ਕਰਨਾ ਦਾ ਕੀ ਜਿਹੜਾ ਮੁਹਾਵਰਾ ਰਾਈਟ ਮੁਹਾਵਰਾ ਬਣਦਾ ਹੈ ਕਮਰ ਕੱਸਣੀ ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ ਹੈ ਓਕੇ ਕਵੈਸਚਨ ਨੰਬਰ 67 ਦੀ ਗੱਲ ਕਰੀਏ ਨੁਕਸਾਨ ਹੋਣਾ ਨੁਕਸਾਨ ਹੋਣ ਦਾ ਜਿਹੜਾ ਰਾਈਟ ਮੁਹਾਵਰਾ ਹੋਵੇਗਾ ਕੰਗਾ ਹੋਣਾ ਠੀਕ ਹੈ ਕਵੈਸਚਨ ਨੰਬਰ 68 ਦੀ ਗੱਲ ਕਰੀਏ ਨਸੀਹਤ ਹੋਣੀ ਨਸੀਹਤ ਹੋਣੀ ਦਾ ਕੀ ਇਜ਼ ਦਾ ਰਾਈਟ ਮੁਹਾਵਰਾ ਬਣਦਾ ਹੈ ਆਪਸ਼ਨ ਨੰਬਰ 8D ਕੰਨ ਹੋਣਾ ਓਕੇ ਕਵੈਸਚਨ ਨੰਬਰ 69 ਦੀ ਗੱਲ ਕਰੀਏ ਜੀ ਚਰਾਉਣਾ ਜੀ ਚਰਾਉਣ ਦਾ ਕੀ ਇਜ਼ ਦਾ ਰਾਈਟ ਮੁਹਾਵਰਾ ਬਣਦਾ ਕੰਨੀ ਚਰਾਉਣਾ ਓਕੇ ਆਪਸ਼ਨ ਨੰਬਰ ਸਸਾ ਇਜ਼ ਦਾ ਰਾਈਟ ਆਨਸਰ ਹੈ ਕਵੈਸਚਨ ਨੰਬਰ 70 ਦੀ ਗੱਲ ਕਰੀਏ ਭੁਗਤ ਸਵਾਰਨੇ ਭੁਗਤ ਸਵਾਰਨੇ ਦਾ ਜਿਹੜਾ ਰਾਈਟ ਮੁਹਾਵਰਾ ਕੀ ਬਣੇਗਾ ਆਪਣਾ ਥੰਮ ਟੱਪਣੀ ਆਪਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਹੈ ਓਕੇ ਕੁਐਸਚਨ ਨੰਬਰ 71 ਦੀ ਗੱਲ ਕਰੀਏ ਘਰ ਤਵਾ ਕਰਨਾ ਕਿਨ ਤੱਕ ਘਰ ਤਵਾ ਕਰਨਾ ਦਾ ਜਿਹੜਾ ਰਾਈਟ ਆਨਸਰ ਹੈ ਖਾਣਾ ਖਰਾਬ ਹੋਣਾ ਇਸ ਦਾ ਰਾਈਟ ਆਨਸਰ ਹੈ ਓਕੇ ਕੁਐਸਚਨ ਨੰਬਰ 72 ਦੀ ਗੱਲ ਕਰੀਏ ਬਦਨਾਮੀ ਕਰਾਉਣਾ ਬਦਨਾਮੀ ਕਰਾਉਣਾ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਖੇ ਪਾਣੀ ਕੁਐਸਚਨ ਨੰਬਰ 73 ਦੀ ਗੱਲ ਕਰੀਏ ਇੱਕ ਮਿੱਕ ਹੋਣਾ ਇਕਮਿਕ ਹੋਣ ਦਾ ਮਤਲਬ ਕੀ ਹੈ ਮਿਲ ਬਿਲਕੁਲ ਇੱਕ <li>ਹੋਲ ਮਿਲ ਜਾਣਾ ਤਾਂ ਇਸ ਦਾ ਕੀ ਹੋਵੇਗਾ ਖੰਡ ਖੀਰ ਹੋਣਾ ਰਾਈਟ ਮੁਹਾਵਰਾ ਹੋ ਜਾਵੇ ਠੀਕ ਹੈ ਕੁਐਸਚਨ ਨੰਬਰ 74 ਦੀ ਗੱਲ ਕਰੀਏ ਨਾ ਚਾਹੁੰਦਿਆਂ ਹੋਇਆ ਵੀ ਕੋਈ ਕੰਮ ਕਰਨਾ ਤਾਂ ਨਾ ਚਾਹੁੰਦੋ ਹੋਇਆ ਵੀ ਕੋਈ ਕੰਮ ਕਰਨਾ ਜਿਹੜਾ ਕੀ ਹੈ ਗਲ ਪਿਆ ਢੋਲ ਵਜਾਣਾ ਯਾਨੀ ਸੱਸਾ ਇਸ ਦਾ ਰਾਈਟ ਆਨਸਰ ਹੈ ਕੁਐਸਚਨ ਨੰਬਰ 75 ਦੀ ਗੱਲ ਕਰੀਏ ਝੱਟ ਫੱਟ ਖਿਆਲ ਬਦਲ ਜਾਣਾ ਤਾਂ ਗਿਰਗਿਟ ਵਾਂਗੂ ਰੰਗ ਬਦਲ ਜਾਣਾ ਇਸ ਦਾ ਰਾਈਟ ਮੁਹਾਵਰਾ ਉਸੇ ਨੰਬਰ ਸੱਤਾ ਇਸ ਦਾ ਰਾਈਟ ਆਨਸਰ ਹੈ ਓਕੇ ਇਸ ਵਾਦ ਕੁਐਸਚਨ ਨੰਬਰ 76 ਦੀ ਗੱਲ ਕਰੀਏ ਤਰਕਾ ਦੇਣਾ ਤਰਕਾ ਦੇਣਾ ਦਾ ਕੀ ਬਣਦਾ ਗਲੋ ਲਾਉਣਾ ਮਤਲਬ ਕਿ ਯਾਰ ਹਨਾ ਉਹ ਕੋਈ ਬੰਨਾਂ ਲਾ ਕੇ ਟਾਲ ਦੋ ਇਸਾ ਮੈਨ ਇਹਨੂੰ ਹੀ ਕਹਿੰਦੇ ਨੇ ਤਰਕਾ ਦੇ ਯਾਰ ਇਹਨੂੰ ਹਨਾ ਬੰਨਾਂ ਲਾ ਕੇ ਟਾਲਦਾ ਗਲੋ ਲਾਤਾ ਕੁਐਸਚਨ ਨੰਬਰ 77 ਦੀ ਗੱਲ ਕਰੀਏ ਮੂੰਹ ਦੀ ਖਾਣੀ ਮੂਹ ਦੀ ਖਾਣੀ ਦਾ ਕੀ ਹਾਰ ਜਾਣਾ ਹਾਰ ਜਾਣਾ ਇਹਨੂੰ ਕਹਦੇ ਨੇ ਆਪਾਂ ਮੂਹ ਦੀ ਖਾਣੀ ਓਕੇ ਇਸ ਦਾ ਰਾਈਟ ਮੁਹਾਵਰਾ ਕੁਐਸਚਨ ਨੰਬਰ 78 ਦੀ ਗੱਲ ਕਰੀਏ ਸੁਰ ਖਰੂ ਹੋਣਾ ਸੁਰ ਖਰੂ ਹੋਣ ਦਾ ਕੀ ਮਤਲਬ ਹੁੰਦਾ ਗੰਗਾ ਨਾ ਹੋਣਾ ਓਕੇ ਕੁਐਸਚਨ ਨੰਬਰ 79 ਦੀ ਗੱਲ ਕਰੀਏ ਰੁਪਏ ਦੇ ਬਦਲੇ ਕੋਈ ਚੀਜ਼ ਰੱਖਣੀ ਰੁਪਏ ਦੇ ਬਦਲੇ ਕੋਈ ਚੀਜ਼ ਰੱਖਣੀ ਗਹਿਣੇ ਪਾਉਣਾ ਇਸ ਦਾ ਰਾਈਟ ਆਨਸਰ ਹੈ ਓਕੇ ਕੁਐਸਚਨ ਨੰਬਰ 80 ਦੀ ਗੱਲ ਕਰੀਏ ਅਵਾਰਾ ਫਿਰਨਾ ਅਵਾਰਾ ਫਿਰਨ ਦਾ ਜਿਹੜਾ ਰਾਈਟ ਮੁਹਾਵਰਾ ਕੀ ਬਣਦਾ ਦੋਸਤੋ ਕੱਟਾ ਛਾਨਣੀ ਗਲੀਆਂ ਦੀ ਕੱਟਾ ਛਾਨਣੀ ਨੋਰਮਲ ਹੀ ਆਪਣੇ ਬੁੜੀਆਂ ਦੇ ਹੈ ਡਾਇਲੌਗ ਹੁੰਦੇ ਨੇ ਹਨਾ ਸਭ ਨੂੰ ਸੁਣਨੇ ਪੈਂਦੇ ਨੇ ਕਦੇ ਨਾ ਕਦੇ ਤੇ ਕੁਐਸਚਨ ਨੰਬਰ 81 ਦੀ ਗੱਲ ਕਰੀਏ ਦਿਲ ਵਿੱਚ ਬੈਠ ਜਾਣਾ ਦਿਲ ਵਿੱਚ ਬੈਠ ਜਾਣਾ ਦਾ ਕੀ ਹੈ ਕਰ ਕਰ ਜਾਣਾ ਦਿਲ ਵਿੱਚ ਕਰ ਕਰ ਜਾਣਾ ਜਾਂ ਦਿਲ ਵਿੱਚ ਬੈਠ ਜਾਣਾ ਸੇਮ ਮੁਹਾਵਰਾ ਬਣਦਾ ਓਕੇ ਕੁਐਸਚਨ ਨੰਬਰ 82 ਦੀ ਗੱਲ ਕਰੀਏ ਮਰਨ ਕਿਨਾਰੇ ਹੋ ਜਾਣਾ ਤਾਂ ਮਰਨ ਕਿਨਾਰੇ ਹੋ ਜਾਣ ਦਾ ਕੀ ਰਾਈਟ ਆਨਸਰ ਹੈ ਘੜੀਆਂ ਪਲਾਂ ਤੇ ਹੁਣ ਓਕੇ ਕੁਐਸਚਨ ਨੰਬਰ 79 ਦੀ ਗੱਲ ਕਰੀਏ ਰੁਪਏ ਦੇ ਬਦਲੇ ਕੋਈ ਚੀਜ਼ ਲੈਣੀ ਤਾਂ ਆਈ ਥਿੰਕ ਫਿਰ ਤੋਂ ਰਿਪੀਟ ਹੋ ਚੁੱਕਿਆ ਇਹ ਕੁਐਸਚਨ ਦੋਸਤੋ ਫਿਰ ਤੋਂ ਰਿਪੀਟ ਹੋ ਚੁੱਕਿਆ ਇਸ ਵਿੱਚ ਕੋਈ ਗੱਲ ਨਹੀਂ ਮਾਰ ਕਿਨਾਰੇ ਹੋਣਾ ਇਹ ਹੋ ਗਿਆ ਨਿਸ਼ਚਿਤ ਹੋਣਾ ਕੁਐਸਚਨ ਨੰਬਰ 83 ਦੀ ਗੱਲ ਕਰੀਏ ਨਿਸ਼ਚਿਤ ਹੋਣਾ ਦਾ ਕੀ ਸਾਈਟ ਆਨਸਰ ਹੋਵੇਗਾ ਤਾਂ ਘੋੜੇ ਵੇਚ ਕੇ ਸੋ ਜਾਣਾ ਨੂੰ ਆਪਾਂ ਮੁਹਾਵਰੇ ਨਾਲ ਰਿਲੇਟ ਕਰਦੇ ਆ ਨਿਸ਼ਚਿਤ ਹੋਣਾ ਕਵੈਸਚਨ ਨੰਬਰ 84 ਦੀ ਗੱਲ ਕਰੀਏ ਤਸੱਲੀ ਕਰਾਉਣੇ ਤਸੱਲੀ ਕਰਵਾਉਣ ਦੀ ਹੈ ਕਿ ਇਸ ਦਾ ਰਾਈਟ ਮੁਹਾਵਰਾ ਬਣੇਗਾ ਤਸੱਲੀ ਕਰਾਉਣ ਦਾ ਕੀ ਘਰ ਪੂਰਾ ਕਰਨਾ ਮਤਲਬ ਸੈਟਲ ਹੋ ਜਾਣਾ ਦਾ ਘਰ ਪੂਰਾ ਕਰਨਾ ਇਸ ਦਾ ਰਾਈਟ ਮੁਹਾਵਰਾ ਹੈ ਠੀਕ ਹੈ ਕਵੈਸਚਨ ਨੰਬਰ 85 ਦੀ ਗੱਲ ਕਰੀਏ ਪੂਏ ਚੜਨਾ ਪੂਏ ਚੜਨ ਦਾ ਕੀ ਰਾਈਟ ਆਨਸਰ ਹੋਵੇਗਾ ਟਰੜ ਮੱਤਣੀ ਇਸ ਦਾ ਰਾਈਟ ਮੁਹਾਵਰਾ ਹੋ ਜਾਵੇਗਾ ਰਿਸ਼ਵਤ ਦੇਣੀ ਦਾ ਕੀ ਹੁੰਦਾ ਕਵੈਸਚਨ ਨੰਬਰ 86 ਰਿਸ਼ਵਤ ਦੇਣੀ ਦਾ ਰਾਈਟ ਆਨਸਰ ਹੋਵੇਗਾ ਸੰਧੀ ਦੀ ਜੁੱਤੀ ਮਾਰਨੀ অপਸ਼ਨ ਨੰਬਰ ਈ ਡੀ ਇਸ ਦੀ ਰਾਈਟ ਆਨਸਰ ਹੈ। ਓਕੇ। ਕੁਐਸਚਨ ਨੰਬਰ 87 ਦੀ ਗੱਲ ਕਰੀਏ ਢਕਾਉਣਾ ਢਕਾਉਣਾ ਦਾ ਰਾਈਟ ਆਨਸਰ ਹੋਵੇਗਾ 34 ਰਾਉਣੀ। ਕੁਐਸਚਨ ਨੰਬਰ 88 ਦੀ ਗੱਲ ਕਰੀਏ ਥੋੜੇ ਯਤਨ ਨਾਲ ਹੀ ਕੰਮ ਬਣ ਜਾਣਾ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ ਆੜਾ ਚੋਲੀ ਸਰ ਜਾਣਾ। ਕੁਐਸਚਨ ਨੰਬਰ 89 ਦੀ ਗੱਲ ਕਰੀਏ ਬੁਰੀ ਤਰ੍ਹਾਂ ਹਰਾਉਣਾ ਤਾਂ ਨੋਰਮਲ ਇਹ ਵੀ ਆਪਾਂ ਵਰਡ ਸੁਣਦੇ ਆ ਰਹੇ ਹਾਂ ਬੁਰੀ ਤਰ੍ਹਾਂ ਹਰਾਉਣਾ ਜਾਂ ਇਨ੍ਹਾਂ ਵਿੱਚੋਂ ਛੱਕੇ ਚੜਾਉਣਾ ਛੱਕੇ ਤੇ ਟੰਗਣਾ ਛਾਤੀ ਤੇ ਪੱਥਰ ਮਾਰਨਾ ਛੋਣੀ ਪਾਉਣਾ ਇਨ੍ਹਾਂ ਵਿੱਚੋਂ ਕਿਹੜਾ ਰਾਈਟ ਆਨਸਰ ਹੋ ਸਕਦਾ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਓਕੇ ਕੁਐਸਚਨ ਨੰਬਰ 90 ਦੀ ਗੱਲ ਕਰੀਏ ਅਚਨਚੇਤ ਪਰਤਾਲ ਕਰਨੀ ਅਚਨਚੇਤ ਪਰਤਾਲ ਕਰਨ ਦੀ ਕੀ ਹੈ ਛਾਪਾ ਮਾਰਨਾ ਇਸ ਨੂੰ ਕਹਿ ਦਿੰਦੇ ਨੇ ਆਪਸ਼ਨ ਨੰਬਰ ਏ ਦੀ ਇਸ ਦਾ ਰਾਈਟ ਆਨਸਰ ਹੈ ਕੁਐਸਚਨ ਨੰਬਰ 91 ਦੀ ਗੱਲ ਕਰੀਏ ਰੋਲਾ ਪਾਉਣਾ ਰੋਲਾ ਪਾਉਣਾ ਦਾ ਰਾਈਟ ਆਨਸਰ ਕਿਹੜਾ ਹੈ ਚੀਪੀ ਕਰਨਾ ਓਕੇ ਚੀਪੀ ਕਰਨਾ ਆਪਸ਼ਨ ਨੰਬਰ ਊ ਦਾ ਇਸ ਦਾ ਰਾਈਟ ਆਨਸਰ ਹੈ ਕਵੈਸਚਨ ਨੰਬਰ 92 ਦੀ ਗੱਲ ਕਰੀਏ ਬਹੁਤ ਮਾਰਨਾ ਬਹੁਤ ਮਾਰਨਾ ਛਿਤਰਫੇਰਨਾ ਇੱਕੋ ਜਿਹਾ ਗੱਲ ਹੈ ਨਾ ਸਬਦੇ ਫਿਰੇ ਵੀ ਆਪਣੇ ਮਾਪਿਆਂ ਨੇ ਸਬਦੇ ਛਿਤਰਫੇਰੇ ਵੀ ਹੁਣੇ ਹੈ ਨਾ ਕਿਤੇ ਕਿਤੇ ਫਿਰਿਆ ਵੀਡੀਓ ਵਿੱਚ ਯੈਸ ਲਿਖ ਕੇ ਕਮੈਂਟ ਕਰ ਦਿਓਗੇ ਕਵੈਸਚਨ ਨੰਬਰ 93 ਦੀ ਗੱਲ ਕਰੀਏ ਲੁੱਟਣਾ ਲੁੱਟਣਾ ਦਾ ਕੀ ਮੇਨ ਮੁਹਾਵਰਾ ਬਣਦਾ ਛਿੱਲ ਲਾਉਣੀ ਛਿੱਲ ਲਾਉਣੀ ਇਹ ਵੀ ਆਪਾਂ ਨੋਰਮਲ ਵਰਡ ਬਹੁਤ ਸੁਣਿਆ ਆਪਣੇ ਪੰਜਾਬੀ ਭਾਸ਼ਾ ਵਿੱਚ ਕਵੈਸਚਨ ਨੰਬਰ 94 ਦੀ ਗੱਲ ਕਰੀਏ ਨਸਰ ਕਰਨਾ ਨਸਰ ਕਰਨਾ ਦਾ ਜਿਹੜਾ ਰਾਈਟ ਆਨਸਰ ਹੋ ਜਾਏਗਾ ਛੱਜ ਵਿੱਚ ਪਾ ਕੇ ਛੱਡਣਾ ਓਕੇ ਕੁਐਸਚਨ ਨੰਬਰ 95 ਦੀ ਗੱਲ ਕਰੀਏ ਇਕਦਮ ਅਮੀਰ ਹੋਣਾ ਇਕਦਮ ਅਮੀਰ ਹੋਣ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਛੱਪੜ ਆੜ ਕੇ ਦੇਣਾ ਓਕੇ ਆਪਸ਼ਨ ਨੰਬਰ 67 ਦਾ ਰਾਈਟ ਆਨਸਰ ਹੋ ਜਾਏਗਾ ਕੁਐਸਚਨ ਨੰਬਰ 96 ਦੀ ਗੱਲ ਕਰੀਏ ਤਵਾ ਕਰਨਾ ਤਾਂ ਤਵਾ ਕਰਨਾ ਦਾ ਕੀ ਹੋਣਾ ਜਖਣਾ ਪੁੱਟਣੀ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਓਕੇ ਕੁਐਸਚਨ ਨੰਬਰ 97 ਦੀ ਗੱਲ ਕਰੀਏ ਇਕਰਾਰ ਕਰਨਾ ਇਕਰਾਰ ਕਰਨਾ ਹੋਵੇਗਾ ਜਬਾਨ ਦੇਣੀ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਕੁਐਸਚਨ ਨੰਬਰ 98 ਦੀ ਗੱਲ ਕਰੀਏ ਜਫਰਦਾਲ ਨੇ ਜਫਰਦਾਲ ਨੇ ਦਾ ਕੀ ਮੁਹਾਵਰਾ ਬਣਦਾ ਹੈ ਜਫਰਦਾਲ ਨੇ ਦਾ ਆਪਣਾ ਮੁਸੀਬਤ ਸਹਾਰਨੀ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਉੜਾ ਓਕੇ ਕੁਐਸਚਨ ਨੰਬਰ 99 ਦੀ ਗੱਲ ਕਰੀਏ ਕੁਰਬਾਨੀ ਦੇਣਾ ਕੁਰਬਾਨੀ ਦੇਣ ਦਾ ਕੀ ਰਾਈਟ ਆਨਸਰ ਬਣਦਾ ਹੈ ਜਾਨ ਤੇ ਖੇਡਣਾ ਓਕੇ ਆਪਸ਼ਨ ਨੰਬਰ ੜਾ ਇਸ ਦਾ ਰਾਈਟ ਆਨਸਰ ਹੈ ਕੁਐਸਚਨ ਨੰਬਰ 100 ਦੀ ਗੱਲ ਕਰੀਏ ਮਿਨਤਾ ਕਰਨੀਆਂ ਮਿੰਟਾਂ ਕਰਦਾ ਕੀ ਇਹ ਇਜ਼ਾ ਰਾਈਟ ਆਨਸਰ ਹੈ ਜੁੱਤੀਆਂ ਚਟਣੀਆਂ ਜੁੱਤੀਆਂ ਚਟਣੀਆਂ ਓਕੇ ਦੋਸਤੋ ਹੁਣ ਜੇ ਤੁਸੀਂ ਇਹ ਪੀਡੀਐਫ ਫਾਈਲ ਮੇਰੇ ਤੋਂ ਲੈਣਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਹੈ ਇਸ ਤੇ ਮੈਨੂੰ ਫੋਲੋ ਕਰ ਲਓ ਮੇਰੇ ਨਾਲ ਗੱਲ ਕਰੋ ਫਿਰ ਤੁਹਾਨੂੰ ਇਹ ਪੀਡੀਐਫ ਫਾਈਲ ਵੀ ਸੈਂਡ ਕਰ ਦਿੱਤੀ ਜਾਵੇਗੀ